ਹੈਲੋ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਜਾ ਰਹੇ ਹਾਂ ਵਾਟਰਫਾਲ ਦੇਖਣ ਲਈ। ਇਹ ਜਗ੍ਹਾ ਦਾ ਨਾਮ ਹੈਗਾ ਹੈ ਤਮਸਰੀ। ਮੇ ਬੀ ਮੇਰੀ ਪ੍ਰੋਨਾਊਂਸੀਏਸ਼ਨ ਥੋੜ੍ਹੀ ਬਹੁਤੀ ਗੜਬੜ ਹੋ ਸਕਦੀ ਹੈ, ਕਿਉਂਕਿ ਇੱਧਰ ਦੀ ਪਲੇਸਿਸ ਦੇ ਨਾਮ ਬਹੁਤ ਜ਼ਿਆਦਾ ਡਿਫੀਕਲਟ ਆ, ਅਤੇ ਮੈਨੂੰ ਕੋਲ ਮਤਲਬ ਸਹੀ ਤਰ੍ਹਾਂ ਪ੍ਰੋਨਾਊਂਸੀਏਸ਼ਨ ਹੁੰਦੀ ਨਹੀਂ ਆ। ਹਾਂ, ਮੈਂ ਲਿਖ ਕੇ ਜ਼ਰੂਰ ਦੱਸ ਦੂੰਗੀ ਕਿ ਕਿਹੜੀ ਜਗ੍ਹਾ ਹੈ, ਪਰ ਅਸੀਂ ਜਾ ਰਹੇ ਹਾਂ ਇੱਥੋਂ ਦੇ ਵਾਟਰਫਾਲ ਦੇਖਣ ਲਈ। ਜਦ ਤੱਕ ਜਿਹੜੇ ਇੱਥੋਂ ਦੇ ਵਿਊ ਰਹਿ ਗਏ ਸੀ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਜਿੱਥੇ ਮੈਂ ਖੜ੍ਹੀ ਹਾਂ ਇਹ ਹੈਗਾ ਕੋਕੋਨਟ ਟ੍ਰੀ, ਕਾਫੀ ਵੱਡਾ, ਕਾਫੀ ਸਾਰੇ ਕੋਕੋਨਟ ਲੱਗੇ ਹੋਏ ਆ ਇੱਥੇ। ਬਨਾਨਾ ਦੇ ਟ੍ਰੀਜ਼ ਦੀ ਮਤਲਬ ਕੋਈ ਮਤਲਬ ਗਿਣਤੀ ਨਹੀਂ ਆ। ਇਹ ਬਿਲਕੁਲ ਇਹ ਘਰ ਆ ਮੇਰੀ ਸਿਸਟਰ ਇਨ ਲਾਅ ਦਾ, ਅਤੇ ਇਹ ਹੈ ਉਹਦੀ ਸਾਈਡਸ ਪੂਰੀ ਤਰ੍ਹਾਂ ਟ੍ਰੀਜ਼। ਸਭ ਰੈਡੀ ਹੋ ਚੁੱਕੇ ਆ ਜਾਣ ਲਈ, ਅਤੇ ਫਿਰ ਨਿਕਲਦੇ ਹਾਂ। ਨਿਕਲ ਚੁੱਕੇ ਹਾਂ ਅਸੀਂ ਨੈਕਸਟ ਜਗ੍ਹਾ ਐਕਸਪਲੋਰ ਕਰਨ ਲਈ, ਅਤੇ ਰਸਤਾ ਤਾਂ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ ਆ। ਮਤਲਬ ਜਿਸ ਜਗ੍ਹਾ ਵੀ ਜਾਓ ਅਲੱਗ ਹੀ ਵਿਊਜ਼ ਆ, ਅਤੇ ਕਿਤੇ ਕਿਤੇ ਵਿੱਚ ਵਿੱਚ ਲੋਕਾਂ ਦੇ ਘਰ ਆ, ਅਤੇ ਮੋਸਟਲੀ ਤਾਂ ਜੰਗਲ ਹੀ ਆ ਇਸ ਸਾਈਡ। ਅਤੇ ਫਿਰ ਥੋੜ੍ਹੀ ਦੂਰ ਜਾਣ ਤੋਂ ਬਾਅਦ ਅਸੀਂ ਰੁਕ ਗਏ, ਕਿਉਂਕਿ ਇੱਥੇ ਹੈਗੀ ਹੈ ਕੋਈ ਖਾਸ ਜਗ੍ਹਾ ਜਿਸ ਬਾਰੇ ਸਾਡੇ ਆਟੋ ਡਰਾਈਵਰ ਨੇ ਸਾਨੂੰ ਦੱਸਿਆ। ਅਤੇ ਫਿਰ ਮੈਨੂੰ ਲੱਗਿਆ ਕਿ ਰੁਕ ਕੇ ਇਹ ਜਗ੍ਹਾ ਵੀ ਜ਼ਰੂਰ ਦੇਖਣੀ ਚਾਹੀਦੀ ਆ। ਅਤੇ ਹੁਣ ਸਾਰੇ ਰੁਕ ਗਏ, ਅਤੇ ਆਟੋ 'ਚ ਆਲਮੋਸਟ ਬਾਹਰ ਵੀ ਆ ਹੀ ਚੁੱਕੇ ਆ। ਥੋੜ੍ਹੀ ਦੇਰ ਰਿਲੈਕਸ ਵੀ ਕਰਾਂਗੇ, ਅਤੇ ਮੈਂ ਇਹ ਜਗ੍ਹਾ ਵੀ ਦੇਖ ਲੂੰਗੀ, ਅਤੇ ਨਾਲੇ ਇਹਦੀ ਸਟੋਰੀ ਵੀ ਪੁੱਛਦੇ ਹਾਂ। ਮੈਨੂੰ ਪਤਾ ਲੱਗਿਆ ਕਿ ਇਹ ਪੇੜ ਦੇ ਨਾਲ ਲੱਗੇ ਹੋਏ ਇਹ ਸੰਗਲ ਆਪਣੇ ਆਪ ਸੰਗਲ ਬਣੇ ਆ। ਪਹਿਲਾਂ ਇਹ ਰੱਸੀ ਬੰਨ੍ਹੀ ਗਈ ਸੀ, ਅਤੇ ਇਹ ਰੱਸੀ ਬੰਨ੍ਹੀ ਗਈ ਸੀ ਕਿ ਇਸ ਪਰਸਨ ਦੇ ਦੁਆਰਾ ਜਿਹਦਾ ਇਹ ਸਟੈਚੂ ਆ, ਕਿਉਂਕਿ ਇੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਸੀਗੇ। ਮਤਲਬ 90% ਲੋਕ ਤਾਂ ਮਤਲਬ ਐਕਸੀਡੈਂਟ ਦੀ ਵਜ੍ਹਾ ਦੇ ਨਾਲ ਮਰੀ ਜਾਂਦੇ ਸੀਗੇ। ਫਿਰ ਇਸ ਪਰਸਨ ਨੇ ਇਹ ਇੱਥੇ ਰੱਸੀਆਂ ਬੰਨੀਆਂ, ਜਿਹੜੀਆਂ ਹੌਲੀ ਹੌਲੀ ਆਪਣੇ ਆਪ ਸਿੰਗਲ ਬਣ ਗਈਆਂ। ਅਤੇ ਇਹ ਸਾਨੂੰ ਦੇਖ ਕੇ ਇੱਕ ਹੋਲੀ ਕਰਦੇ ਸ਼ੌਕ ਹੋ ਸੀ ਇੱਥੇ। ਕਿੰਨੀਆਂ ਸੋਹਣੀਆਂ ਅਤੇ ਯੂਨੀਕ ਚੀਜ਼ਾਂ ਹੈ ਇੱਥੇ। ਅੰਮਾ ਸ਼ੋਪਿੰਗ ਕਰ ਰਹੇ, ਹੁਣ ਅਸੀਂ ਆ ਗਏ ਹਾਂ ਸ਼ੋਪ ਦੇ ਅੰਦਰ। ਕਰਕੇ ਜੀ ਅਚਾਰ, ਅਚਾਰ ਵੀ ਦੇ ਦੋ, ਫਿਰ ਅਚਾਰ ਨਹੀਂ ਜਨਾ ਛੋਟੇ ਨਹੀਂ ਹੈਗੇ, ਛੋਟੇ ਵੀ ਹੈ। ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੀ ਹਾਂ। ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਇੱਥੇ ਮੈਂ ਦੇਖੀਆਂ। ਤਾਂ ਸਭ ਤੋਂ ਪਹਿਲਾਂ ਸ਼ੋਪਿੰਗ ਅਸੀਂ ਕਰ ਰਹੇ ਹਾਂ ਨਾਈਫ ਦੀ, ਚਾਕੂ ਲੈ ਰਹੇ ਹਾਂ ਅਸੀਂ ਘਰ ਲੈ ਕੇ। ਮੇਰੇ ਹਸਬੈਂਡ ਕਹਿੰਦੇ ਲੈ ਲਾ, ਅਤੇ ਫਿਰ ਮੈਂ ਦੇਖੇ ਸ਼ਹਿਦ ਦੇ ਵਿੱਚ, ਉਹ ਐਡ ਦੇ ਵਿੱਚ ਦਿਖਾਉਂਦੇ ਹੁੰਦੇ ਨਾ, ਉਹ ਵੀ ਉੱਥੇ ਪਏ ਸੀਗੇ ਸ਼ਹਿਦ ਕੱਢਣ ਲਈ ਜਿਹੜਾ ਯੂਜ਼ ਕਰਦੇ ਆ। ਅਤੇ ਫਿਰ ਮੇਰੀ ਮਦਰ ਇਨ ਲਾਅ ਅਤੇ ਸਿਸਟਰ ਇਨ ਲਾਅ ਨੇ ਰੱਜ ਕੇ ਸ਼ੋਪਿੰਗ ਕੀਤੀ, ਅਤੇ ਮੈਂ ਕਿਹਾ ਚਲੋ ਲੈਂਗੁਏਜ ਤਾਂ ਮੈਨੂੰ ਆਉਂਦੀ ਨਹੀਂ, ਇਸ ਕਰਕੇ ਉਹ ਜੋ ਵੀ ਬਾਏ ਕਰ ਲੈਣਗੇ ਠੀਕ ਆ। ਅਤੇ ਮੈਂ ਤਾਂ ਉੱਥੇ ਜਿਹੜੀ ਵਰਾਇਟੀ ਸੀ ਉਹ ਦੇਖੀ, ਇਹ ਹੈਗੀ ਆ ਬਿਚੜੇ ਦੇ ਘਰ, ਅਤੇ ਮਤਲਬ ਇਹ ਡੈਕੋਰੇਸ਼ਨ ਪਰਪਸ ਲਈ ਲੋਕ ਇੱਥੇ ਖਰੀਦਦੇ ਆ, ਇਸ ਕਰਕੇ ਇੱਥੇ ਬਣਾ ਕੇ ਰੱਖੇ ਹੋਏ ਆ। ਬਾਕੀ ਬੋਕਸਿਸ ਜਿਹੜੇ ਹੈਗੇ ਆ ਲੱਕੜ ਦੇ ਬਣੇ ਹੋਏ, ਜਾਂ ਵਿੰਚਾਈਨਸ, ਮਤਲਬ ਹਰ ਇੱਕ ਚੀਜ਼ ਲੱਕੜ ਦੀ ਬਣੀ ਹੋਈ ਇੱਥੇ ਅਵੇਲੇਬਲ ਹੈਗੀ ਆ। ਅਤੇ ਬਹੁਤ ਹੀ ਜ਼ਿਆਦਾ ਵਧੀਆ ਆ ਦੇਖਣ ਨੂੰ। ਲੱਕੜੀ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਮਾਨ ਆ,
ਅਤੇ ਇਹ ਹੈਗੀ ਆ ਸਪੈਸ਼ਲ ਚੀਜ਼ ਜਿਹੜੀ ਇੱਥੇ ਦੀ ਆ ਉਹ ਹੈਗੀ ਉਹ ਸਾਹਮਣੇ ਵਾਲੇ ਬਲੋਕ ਦੇ ਵਿੱਚ। ਦੇਖਦੇ ਦੇਖਦੇ ਉੱਥੇ ਤੱਕ ਪਹੁੰਚਦੇ ਆ। ਸਭ ਤੋਂ ਪਹਿਲਾਂ ਮੈਂ ਇਹ ਦੇਖੇ ਜਿਹੜੇ ਮਸਾਲਾ ਜਾਂ ਅਦਰਕ ਵਗੈਰਾ ਕੁੱਟਣ ਦੇ ਕੰਮ ਆਉਂਦੇ ਆ ਨਾ, ਬਹੁਤ ਸੋਹਣੇ ਲੱਗਦੇ ਪਏ ਸੀ, ਛੋਟੇ ਛੋਟੇ, ਮਤਲਬ ਹਰ ਇੱਕ ਸਾਈਜ਼ ਦੇ ਅਵੇਲੇਬਲ ਸੀ, ਬਟ ਮੈਂ ਬਾਏ ਨਹੀਂ ਕੀਤਾ ਕਿਉਂਕਿ ਸਾਡੇ ਘਰ ਇੱਦਾਂ ਦੇ ਹੈਗੇ ਆ, ਬਸ ਦੇਖੇ ਹੀ ਆ। ਅਤੇ ਫਿਰ ਮੈਂ ਦੇਖੀ ਉਹ ਸਪੈਸ਼ਲ ਚੀਜ਼, ਉਹ ਹੈਗੀ ਹੈ ਕੇਰਲਾ ਦੀ ਸਪੈਸ਼ਲਿਟੀ, ਇਹ ਹੈਗੀ ਹੈ ਕਥਕਲੀ ਦੇ ਸਟੈਚੂ, ਜਿਹੜੇ ਕਾਫੀ ਜ਼ਿਆਦਾ ਇੱਥੇ ਪਏ ਸੀਗੇ। ਅਤੇ ਟੂਰਿਸਟ ਜਿਹੜੇ ਆਉਂਦੇ ਆ ਉਹ ਵੀ ਬਾਏ ਕਰਦੇ ਆ, ਮਤਲਬ ਜਿਹੜੇ ਇੱਥੇ ਦੇ ਰਹਿਣ ਵਾਲੇ ਆ ਉਹਨਾਂ ਨੇ ਤਾਂ ਲੈਣੇ ਹੀ ਲੈਣੇ ਆ। ਇੱਕ ਵਾਰ ਮੈਂ ਆਪਣੇ ਹਸਬੈਂਡ ਕੋਲ ਵੀ ਕਨਫਰਮ ਕਰ ਲੈਂਦੀ ਹਾਂ ਕਿ ਮੈਂ ਸਹੀ ਇਨਫੋਰਮੇਸ਼ਨ ਦੇ ਰਹੀ ਹਾਂ ਕਿ ਨਹੀਂ। ਕੀ ਬੋਲਦੇ, ਕਿਆ ਹੈ ਇਹ? ਕਥਕਲੀ। ਕਥਕਲੀ ਕਥਕਲੀ ਇਹ ਸਿੰਬਲ ਹੈ ਜਸ ਸ਼ੋਕੇਸ ਸ਼ੋਕੇਸ ਵਰਾਇਟੀ ਤਾਂ ਖਤਮ ਹੁੰਦਾ, ਨਾਮ ਹੀ ਨਹੀਂ ਸੀ ਲੈ ਰਹੀ। ਫਿਰ ਅਸੀਂ ਦੇਖੇ ਲੱਕੜ ਦੇ ਕੱਪ, ਜਾਂ ਮੈਨੂੰ ਨਹੀਂ ਪਤਾ ਇਹਨੂੰ ਕੀ ਕਹਿੰਦੇ ਆ, ਵਜਾਉਣ ਵਾਲਾ ਕੁਛ ਹੁੰਦਾ। ਫਿਰ ਉਸ ਤੋਂ ਬਾਅਦ ਆ ਗਈ ਆਰਟੀਫਿਸ਼ਲ ਜਿਹੜੀ ਕੋਸਮੈਟਿਕਸ, ਇੱਥੇ ਜਿਹੜੀਆਂ ਮਾਲਾ ਹੁੰਦੀਆਂ ਨਾ ਮੋਤੀ ਦੀ, ਉਹ ਬੜੀਆਂ ਵਧੀਆ ਵਧੀਆ ਸੀ। ਅਤੇ ਫਿਰ ਅਸੀਂ ਗਏ ਇਹਨਾਂ ਦੀ ਫਰੰਟ ਸਾਈਡ 'ਤੇ, ਸ਼ੋਪ ਦੀ ਫਰੰਟ ਸਾਈਡ 'ਤੇ, ਅਤੇ ਉੱਥੇ ਅਸੀਂ ਕਾਫੀ ਹੋਰ ਵਰਾਇਟੀ ਵੀ ਦੇਖੀ। ਡੈਕੋਰੇਸ਼ਨ ਪੀਸਿਸ ਬਹੁਤ ਜ਼ਿਆਦਾ ਵਧੀਆ ਵਧੀਆ ਸੀਗੇ। ਫਿਰ ਅਸੀਂ ਪਹੁੰਚੇ ਇਹਨਾਂ ਦੀ ਇਸੇ ਸ਼ੋਪ ਦੇ ਉੱਪਰ ਖਾਣ ਪੀਣ ਵਾਲੇ ਸੈਕਸ਼ਨ ਦੇ ਵਿੱਚ, ਅਤੇ ਉੱਥੇ ਟੋਫੀਸ ਚੋਕਲੇਟ ਸੀ, ਇੰਨੀ ਜ਼ਿਆਦਾ ਵਰਾਇਟੀ ਸੀ ਨਾ, ਓ ਮਾਈ ਗੋਡ। ਆ ਮੇਰੇ ਪਿੱਛੇ ਜਿੰਨੀ ਵੀ ਲੱਗੀ ਹੈਗੀ ਆ, ਇਹ ਵਾਈਟ ਅਤੇ ਡਾਰਕ ਚੋਕਲੇਟ ਦੀ ਵਰਾਇਟੀ ਆ, ਬਹੁਤ ਹੀ ਜ਼ਿਆਦਾ ਵਧੀਆ ਆ। ਅਸੀਂ ਵੀ ਬਾਈਕ ਕੀਤੀ ਸੀਗੀ ਥੋੜ੍ਹੀ ਜਿਹੀ। ਸਭ ਤੋਂ ਵਧੀਆ ਆਹ ਡੈਕੋਰੇਸ਼ਨ ਪਰਪਸ ਲਈ ਹੈ ਨਾ, ਵੈਸੇ ਬਰਡਸ ਦਾ ਹਾਊਸ ਆ ਨਾ, ਜਿਹੜਾ ਬਿਜੜਾ ਮੇਰੇ ਖਾਂਦੀ ਪੀਤੀ ਸੀ ਰਸਤੇ। ਅਸੀਂ ਪਹੁੰਚ ਚੁੱਕੇ ਹਾਂ ਵਾਟਰਫਾਲ 'ਤੇ, ਅਤੇ ਹੁਣ ਹੋ ਰਹੀ ਹੈ ਸਾਡੀ ਐਂਟਰੀ, ਅਤੇ ਅੰਦਰ ਜਾ ਕੇ ਦੇਖਦੇ ਹਾਂ ਜਗ੍ਹਾ ਕਿੱਦਾਂ ਦੀ ਆ। ਪਹੁੰਚ ਚੁੱਕੇ ਅਸੀਂ ਅੰਦਰ, ਜਗ੍ਹਾ ਦਾ ਨਾਮ ਓਨਲੀ ਵੀ ਜਗ੍ਹਾ ਦਾ ਨਾਮ ਤਾਂ ਮੈਨੂੰ ਪਤਾ ਨਹੀਂ। ਵਿਊ ਬਹੁਤ ਜ਼ਿਆਦਾ ਸੋਹਣਾ ਹੈ, ਅੱਗੇ ਪਾਣੀ ਆ, ਵਾਟਰਫਾਲ ਕਿੱਧਰ ਆ ਉਹ ਮੈਨੂੰ ਨਹੀਂ ਪਤਾ, ਪਾਣੀ ਤਾਂ ਹੈ। ਮੰਕੀਸ ਬਹੁਤ ਜ਼ਿਆਦਾ ਆ ਅਤੇ ਸੰਭਾਲ ਕੇ ਚੱਲਣਾ ਪੈਂਦਾ। ਅਕੇਲਾ ਨਹੀਂ ਹੈ, ਜੋ ਵੀ ਵੀ ਆਤਾ ਹੈ। ਅੱਛਾ, ਇਹ ਵੀ ਆਤਾ ਹੈ, ਚਾਰ ਆਦਮੀ ਥੋੜ੍ਹੀ ਦੇਰ ਬੈਠਣ ਤੋਂ ਬਾਅਦ ਲੱਗ ਗਈ ਸਾਨੂੰ ਪਿਆਸ, ਅਤੇ ਫਿਰ ਅਸੀਂ ਪਹੁੰਚ ਕੇ ਇੱਕ ਸ਼ੋਪ 'ਤੇ, ਅਤੇ ਉੱਥੇ ਅਸੀਂ ਪੀਤਾ ਰੋਜ਼ ਮਿਲਕ।
ਫਿਰ ਆਸ ਪਾਸ ਜਿਹੜੀਆਂ ਹੋਰ ਸ਼ੋਪ ਸੀਗੀਆਂ ਉਹ ਵੀ ਦੇਖੀਆਂ ਅਤੇ ਇੱਕ ਛੋਟੀ ਜਿਹੀ ਸਾਈਡ 'ਤੇ ਸ਼ੋਪ ਸੀਗੀ ਅਤੇ ਉੱਥੇ ਮੁਰੱਬੇ ਮਿਲ ਰਹੇ ਸੀਗੇ, ਬਟ ਮੈਂ ਬਾਏ ਨਹੀਂ ਕੀਤੇ। ਮੇਰੇ ਹਸਬੈਂਡ ਨੇ ਮੈਨੂੰ ਕਾਫੀ ਫੋਰਸ ਕੀਤਾ, ਕਹਿੰਦੇ ਕੀ ਪਤਾ ਕੁਛ ਨਮਕੀਨ ਹੋਵੇ। ਮੈਂ ਕਿਹਾ ਨਹੀਂ, ਮੁਰੱਬੇ ਕਦੀ ਨਮਕੀਨ ਨਹੀਂ ਹੁੰਦੇ, ਇਸ ਕਰਕੇ ਇੱਥੋਂ ਤਾਂ ਮੈਂ ਕੁਛ ਬਾਏ ਨਹੀਂ ਕਰਨਾ ਹੈਗਾ। ਫਿਰ ਸਭ ਬੈਠ ਕੇ ਅਤੇ ਡਿਸਕਸ਼ਨ ਹੋਈ ਕਿ ਚਲੋ ਬੋਟਿੰਗ ਕਰਦੇ ਹਾਂ। ਮੈਂ ਕਿਹਾ ਮੈਂ ਤਾਂ ਜਾਣਾ ਨਹੀਂ, ਮੈਨੂੰ ਲੱਗਦਾ ਹੈ ਡਰ, ਤੁਸੀਂ ਸਾਰੇ ਜਾਓ। ਅਤੇ ਫਿਰ ਮੇਰੇ ਚੱਕਰ ਦੇ ਵਿੱਚ ਬਾਕੀ ਸਾਰੇ ਵੀ ਰਹਿ ਗਏ ਅਤੇ ਜਸਟ ਬੈਠ ਕੇ ਨਜ਼ਾਰੇ ਨੂੰ ਇੰਜੋਏ ਕੀਤਾ। ਅਤੇ ਫਿਰ ਥੋੜ੍ਹੀ ਦੂਰੀ 'ਤੇ ਸੀਗੀ ਇੱਕ ਆਈਸਕ੍ਰੀਮ ਸ਼ੋਪ, ਹਾਂ ਆਈਸਕ੍ਰੀਮ ਖਾਣ ਜ਼ਰੂਰ ਪਹੁੰਚੇ ਅਸੀਂ ਸਾਰੇ। ਅਤੇ ਕਾਫੀ ਵਰਾਇਟੀ ਦੀ ਆਈਸਕ੍ਰੀਮ, ਕਾਫੀ ਫਲੇਵਰ ਸੀਗੀ ਉਹਦੇ ਵਿੱਚ, ਅਤੇ ਬਟ ਅਸੀਂ ਉਹ ਆਈਸਕ੍ਰੀਮ ਖਾ ਨਹੀਂ ਸਕੇ। ਲਈ ਤਾਂ ਅਸੀਂ ਬੜੇ ਸ਼ੌਂਕ ਨਾਲ ਸੀਗੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਬਹੁਤ ਜ਼ਿਆਦਾ ਮੰਕੀ ਸੀ, ਅਤੇ ਉਹਨਾਂ ਨੇ ਮਤਲਬ ਇੱਕ ਮੰਕੀ ਨੇ ਆ ਕੇ ਸਭ ਦੀ ਆਈਸਕ੍ਰੀਮ ਜਿਹੜੀ ਸੀਗੀ ਉਹ ਖੋਲੀ, ਮਤਲਬ ਹੱਥ ਤੋਂ ਨਹੀਂ ਖੋਲੀ, ਉਹ ਅੱਗੇ ਅੱਗੇ ਆ ਰਿਹਾ ਸੀ ਤਾਂ ਡਰ ਦੇ ਮਾਰੇ ਸਾਰਿਆਂ ਨੇ ਆਪਣੀ ਆਈਸਕ੍ਰੀਮ ਥੱਲੇ ਸਿੱਟ ਦਿੱਤੀ। ਮੰਕੀਜ਼ ਦਾ ਇੱਦਾਂ ਦੇ ਬਿਹੇਵ ਦੇਖ ਕੇ ਅਸੀਂ ਤਾਂ ਡਰ ਗਏ ਸੀ ਸੱਚੀ, ਸੋ ਇਸ ਕਰਕੇ ਅਸੀਂ ਉੱਥੋਂ ਨਿਕਲਣਾ ਹੀ ਬਿਹਤਰ ਸਮਝਿਆ, ਅਤੇ ਇਸ ਕਰਕੇ ਅਸੀਂ ਛੇਤੀ ਛੇਤੀ ਉਸ ਜਗ੍ਹਾ ਤੋਂ ਆ ਗਏ ਬਾਹਰ। ਘਰ ਆਉਂਦੇ ਆਉਂਦੇ ਵੀ ਸਾਨੂੰ ਦੇਖ ਕੇ ਇੱਕ ਸਪਾਈਸਿਸ ਅਤੇ ਨਟਸ ਦੀ ਸ਼ੌਪ, ਅਤੇ ਫਿਰ ਉੱਥੇ ਵੀ ਅਸੀਂ ਰੁਕੇ, ਕਾਫੀ ਸ਼ੋਪਿੰਗ ਕੀਤੀ। ਮੈਨੂੰ ਸਭ ਤੋਂ ਵਧੀਆ ਇਹ ਲੱਗੀ ਲੱਕੜੀ ਦੇ ਬਣੇ ਹੋਏ ਸਟੈਂਡ। ਸ਼ੋਪਿੰਗ ਕੰਪਲੀਟ ਕਰਕੇ ਮੇਰੇ ਹਸਬੈਂਡ ਅਤੇ ਅੰਮਾ ਦੋਨੋਂ ਆ ਚੁੱਕੇ ਆ ਬਾਹਰ, ਅਤੇ ਹੁਣ ਅਸੀਂ ਜਾਵਾਂਗੇ ਘਰ। ਅੱਜ ਵਲੌਗ ਦਾ ਮੈਂ ਇੱਥੇ ਐਂਡ ਕਰ ਰਹੀ ਹਾਂ। ਆਈ ਹੋਪ ਕਿ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਣਾ ਹੈ। ਮਿਲਦੇ ਹਾਂ ਫਿਰ ਨੈਕਸਟ ਵਲੌਗ, ਬਾਏ।